लेटेस्ट अपडेट्स के लिए सब्सक्राइब करें नेशनल बस और साथ ही दबाएं बेल आइकन। इन्ने पैसे से एनी रेटिंग लेके आंदा, इट्स द हाईएस्ट रेटेड शो पर डॉलर स्पेंट इन द वर्ल्ड। रोडीज दे विच तुसी की खास क्राइटेरिया वेखदे हो जदों तुसी बच्चियां नूं सिलेक्ट करदे हो? क्योंकि कई तां बहुत खुश हुंदे ने जिहड़े सिलेक्ट हो गए, जिहड़े रिजेक्ट हो गए ओह फिर उहनां ते ओह जिहड़े सिलेक्शन है स्प्लिट्स बिल्ला दा वी दस्सो ते रोडीज दा वी दस्सो तां कि जिहड़े लोकी साडा देखण इह ओह अपने आप नूं उस तरीके प्रिपेयर कर सकण। मैं रोडीज़ बारे दस सकदा बिकॉज मैं सिलेक्शन प्रोसीजर का बहुत वड्डा पार्ट हाँ। स्प्लिट्स वाला सिलेक्शन होंदी आ प्रोडक्शन हाउस ते एम टी वी दे चैनल हैड्स नाल, जिहड़े भी वो डिसाइड करदे आ मुंडा कुड़ी किदां हू दे होणा सिलेक्ट। बट रोडीज़ दा इदां है वी असी देखदे हां लोकां च किन्ना पैशन आ, किन्ने ओह उहनां दी परसनैलिटी वक्खरी आ। ਜਿਹੜੀ ਵੀ ਉਹ ਪਰਸਨੈਲਿਟੀ ਹੋਵੇ, ਚਾਹੇ ਉਹ ਖੁਸ਼ ਹੋਵੇ, ਚਾਹੇ ਉਹ ਹੱਸ ਜਿੱਦਾਂ ਦਾ ਵੀ ਮਿਸਾਜ ਹੋਵੇ ਉਹਨਾਂ ਦਾ, ਬਟ ਇੰਟਰਸਟਿੰਗ ਹੈ ਕਿ ਨਹੀਂ, ਪੈਸ਼ਨਸ ਹੈ ਕਿ ਨਹੀਂ, ਅਤੇ ਕਿੰਨਾ ਉਸ ਕੇਸ ਕਿਹੜੀ ਲਿਮਿਟ 'ਤੇ ਜਾ ਕੇ ਉਹ ਕਹਿੰਦੇ ਕਿ ਯਾਰ ਹੁਣ ਹੋਰ ਨਹੀਂ ਆ, ਮੈਂ ਬਸ ਵਿਲ ਦੇ ਗਿਵ ਦੇਅਰ 100%। ਅਤੇ ਦੈਟ ਇਜ਼ ਵਾਈ ਅਸੀਂ ਇੰਨੀ ਲੋਕਾਂ ਨੂੰ ਮਿਲਦੇ ਹਾਂ, ਜਦੋਂ ਕੋਈ ਆ ਕੇ ਸਾਡੇ ਨਾਲ ਗੱਲ ਕਰਦਾ ਅਤੇ ਉਹ ਦੱਸਦਾ ਕਿ ਯਾਰ ਮੈਂ ਮੇਰੀ ਇਹ ਲਾਈਫ ਸੀ, ਮੈਂ ਇੱਦਾਂ ਦਾ ਹਾਂ ਅਤੇ ਇਹ ਸਿਚੁਏਸ਼ਨ ਮੈਂ ਇਹ ਕਰਨਾ, ਉਹ ਬੰਦਾ ਜੇ ਮੁੰਡਾ ਕੁੜੀ ਜੇ ਸਾਨੂੰ ਚੰਗੇ ਲੱਗੇ ਇੰਟਰਸਟਿੰਗ ਲੱਗੇ ਅਸੀਂ ਲੈ ਲਾਂਗੇ। ਤੁਸੀਂ ਕਿਵੇਂ ਜੱਜ ਕਰਦੇ ਹੋ ਵੀ ਇਹ ਐਕਚੁਅਲ ਸੱਚ ਬੋਲ ਰਿਹਾ ਕਿ ਇਹ ਸਿਰਫ ਤੁਹਾਨੂੰ ਇੰਪ੍ਰੈਸ ਕਰਨ ਲਈ ਬੋਲ ਰਿਹਾ? ਇਹ 'ਚ ਨਾ ਯੂ ਟੂ ਗੋ ਵਿਦ ਅ ਗੱਟ, ਸਾਨੂੰ ਅਸੀਂ ਕਿਹੜੇ ਮਤਲਬ ਲਾਈ ਡਿਟੈਕਟਰ ਨਹੀਂ ਗਏ। ਕੋਈ ਝੂਠ ਵੀ ਬੋਲ ਰਿਹਾ ਉਹ ਕਿੰਨਾ ਕਨਵਿੰਸਿੰਗਲੀ ਝੂਠ ਬੋਲ ਸਕਦਾ, ਉਹ ਵੀ ਇੰਟਰਸਟਿੰਗ ਹੈ। ਕਿੰਨੀ ਲੈਂਥ ਤੋਂ ਤੁਸੀਂ ਜਾ ਕੇ ਆਪਣੀ ਇੱਕ ਪਰਸਨੈਲਿਟੀ ਨੂੰ ਇੱਦਾਂ ਦਿਖਾਇਆ ਕਿ ਮੈਂ ਜੀ ਮੈਂ ਤਾਂ ਬਹੁਤ ਚੰਗਾ ਬੰਦਾ, ਮੈਂ ਤਾਂ ਬਹੁਤ ਸਾਊ ਬੰਦਾ। ਜੇ ਉਹਨੇ ਇੰਨਾ ਪ੍ਰਟੈਂਡ ਕਰ ਲਿਆ ਮਤਲਬ ਉਹਦੇ 'ਚ ਪੈਸ਼ਨ ਸੀਗਾ, ਇੰਨਾ ਪੈਸ਼ਨ, ਹੁਣ ਵਿਲ ਦਿਸ ਪਰਸਨ ਬੀ ਏਬਲ ਟੂ ਟੇਕ ਦਿਸ ਫੋਰ 40 ਡੇਜ਼ ਕਿ ਟੁੱਟੂਗਾ, ਉਹ ਵੀ ਇੰਟਰਸਟਿੰਗ ਹੈ ਨਾ ਟੂ ਵਾਚ ਦੈਟ। ਇਫ ਦੈਟ ਕਮਸ ਆਊਟ ਬੈਟਰ ਟੈਲੀਵਿਜ਼ਨ, ਇਫ ਯੂ ਕੈਨ ਡੂ ਇਟ ਗ੍ਰੇਟ ਪੈਸ਼ਨ, ਗ੍ਰੇਟ ਪਰਸਵੇਰੈਂਸ, ਐਫਰਟ ਐਫਰਟ ਤਾਂ ਲਾ ਹੀ ਰਿਹਾ ਨਾ ਬੰਦਾ, ਜੇ ਫੇਕ ਵੀ ਕਰ ਰਿਹਾ ਐਫਰਟ ਲਾ ਰਿਹਾ, ਜੇ ਇੰਨਾ ਐਫਰਟ ਕਰ ਹੀ ਸਕਦਾ ਤਾਂ ਦੈਟ ਵਰਕਸ ਫੋਰ ਹਿਮ ਔਰ ਹਰ। ਸੋ ਇਟਸ ਦੈਟਸ ਵਾਈ ਦਿਸ ਸ਼ੋਅ ਵਰਕਸ, ਬਿਕੋਜ਼ ਅਸੀਂ ਕਾਸਟਿੰਗ ਲਈ ਕਦੀ ਵੀ ਐਕਟਰਸ ਨੂੰ ਨਹੀਂ ਚੁਣਦੇ, ਕਦੀ ਵੀ ਉਹਨਾਂ ਨੂੰ ਸਕ੍ਰਿਪਟ ਨਹੀਂ ਦਿੰਦੇ। ਜੇ ਬੰਦੇ ਹੀ ਤੁਸੀਂ ਇੱਦਾਂ ਦੇ ਚੁਣੋ ਜਿਹੜੇ ਇੰਟਰਸਟਿੰਗ ਨੇ ਤਾਂ ਕਿਸੇ ਵੀ ਲੈਂਥ ਤਾਂ ਹੀ ਉਹ ਫੇਕ ਵੀ ਕਰ ਸਕਦੇ, ਨਹੀਂ ਵੀ ਕਰ ਸਕਦੇ। ਪੁਟਿੰਗ ਦੈਮ ਇਨ ਸਿਚੁਏਸ਼ਨ ਜਿੱਥੇ ਉਹਨਾਂ ਨੂੰ ਪਰਫੋਰਮ ਕਰਨਾ, ਸਰਵਾਈਵ ਕਰਨਾ, ਦੈਟਸ ਵਾਈ ਇਟਸ ਇਨ ਦ 15th ਸੀਜ਼ਨ ਐਂਡ ਇਟਸ ਗਰੋਇੰਗ ਵਰਲਡ 'ਚ। ਇੱਦਾਂ ਦਾ ਸ਼ੋਅ ਨਹੀਂ ਗਾ ਜਿਹੜਾ ਇੰਨੇ ਪੈਸੇ 'ਚ ਇੰਨੀ ਰੇਟਿੰਗ ਲੈ ਕੇ ਆਉਂਦਾ, ਇਟਸ ਦਾ ਹਾਈਐਸਟ ਰੇਟਿਡ ਸ਼ੋਅ ਪਰ ਡੋਲਰ ਸਪੈਂਟ ਇਨ ਦਾ ਵਰਲਡ। ਕੀ ਤੁਸੀਂ ਇਹਨਾਂ ਨੂੰ ਗਾਈਡ ਕਰਦੇ ਹੋ ਵੀ ਤਾਂ ਕਿ ਇਹ ਆਪਣੇ 'ਚ ਇੰਪਰੂਵਮੈਂਟ ਲਿਆ ਕੇ ਉੱਥੇ ਆ ਕੇ ਪਾਰਟੀਸਪੇਟ ਕਰ ਸਕਣ? ਇਹਨਾਂ ਨੂੰ ਜੇ ਤੁਸੀਂ ਆਉਣਾ ਤੁਸੀਂ ਰੀਡ ਬੁੱਕਸ, ਜਨਰਲ ਨੌਲੇਜ ਆਪਣੀ ਬਰੱਸ਼ ਅਪ ਕਰੋ, ਫਿਜ਼ੀਕਲੀ ਫਿੱਟ ਹੋ। ਇੱਦਾਂ ਸਾਨੂੰ ਬੋਡੀ ਬਿਲਡਰਸ ਨਹੀਂ ਚਾਹੀਦੇ, ਸਾਨੂੰ ਸਪੋਰਟਸ ਦੇ ਫਿੱਟ ਲੋਕ ਚਾਹੀਦੇ ਜਿਹਨਾਂ ਦੇ ਸਟੈਮਿਨਾ ਹੋਵੇ, ਜਿਹਨਾਂ ਅਜਾਈਲ ਹੋਣ। ਮਸਲ ਡਜ਼ਨਟ ਮੀਨਸ ਫਿਟਨੈਸ ਫੋਰ ਮੀ, ਰਾਈਟ? ਅਤੇ ਆਪਣੇ ਆਪ ਪਰ ਆਪਣੇ ਆਪ ਨੂੰ ਇੰਟਰਸਟਿੰਗ ਕਰੋ, ਆਪਣੇ ਇੱਦਾਂ ਐਕਸਪੀਰੀਅੰਸਿਸ ਲਾਈਫ 'ਚ ਕਰੋ ਜਿਹੜੇ ਜਿਹਨੂੰ ਸੁਣ ਕੇ, ਜਿਹਨਾਂ ਨੂੰ ਦੇਖ ਕੇ ਤੁਹਾਡੀ ਪਰਸਨੈਲਿਟੀ ਬੈਟਰ ਬਣੇ। ਇਫ ਯੂ ਹੈਵ ਅ ਗੁੱਡ ਪਰਸਨੈਲਿਟੀ ਇਟ ਵਿਲ ਬੀ ਅਟਰੈਕਟਿਵ ਫੋਰ ਅਸ ਟੂ ਟੇਕ ਯੂ। ਨੈਸ਼ਨਲ ਬਸ ਪਰ ਲੇਟੈਸਟ ਨਿਊਜ਼ ਔਰ ਐਂਟਰਟੇਨਮੈਂਟ ਵੀਡੀਓਜ਼ ਦੇਖਣ ਕੇ ਲਈ ਸਬਸਕ੍ਰਾਈਬ ਕਰੇਂ, ਲਾਈਕ ਕਰੇਂ, ਕਮੈਂਟ ਕਰੇਂ ਔਰ ਸ਼ੇਅਰ ਕਰੇਂ। ਥੈਂਕਸ ਫੋਰ ਵਾਚਿੰਗ।